101% ਤਾਂ ਫਾਲਟ ਆਉਂਦਾ ਹੀ ਨਹੀਂਗਾ। ਠੀਕ ਹੈ ਜੀ। ਹਾਂ ਤੇ ਬਾਕੀ ਜਿਹੜੀ ਇਹ ਮਸ਼ੀਨ ਬਹੁਤ ਸਾਫ਼ ਚੱਲਦੀ ਹੈ। ਠੀਕ ਹੈ ਜੀ। ਆਹ ਮਸ਼ੀਨਾਂ ਥਰੈਸ਼ਰ ਚੋਕ ਹੋ ਗਿਆ, ਇਹਨਾਂ ਦੇ ਥਰੈਸ਼ਰ ਦਾ ਤੇ ਗੇਅਰ ਡ੍ਰਮ ਦਾ ਬਹੁਤ ਘੱਟ ਗੈਪ ਆ। ਠੀਕ ਹੈ ਜੀ। ਇਹਦੇ ਨਾਲ ਸਰ ਦੋ ਰੀਲਾਂ ਮਿਲਦੀਆਂ ਜੀ ਤੇ ਦੋ ਹੈਵਲ ਸ਼ਾਫਟਾਂ ਦਿੰਦੇ ਹਾਂ ਅਸੀਂ, ਚਿਮਟਾ ਸ਼ਾਫਟ ਜਿਹਨਾਂ ਆਪਾਂ ਬੋਲਦੇ ਹਾਂ। ਠੀਕ ਹੈ ਜੀ। ਅਤੇ ਜੇ ਕੋਈ ਕਸਟਮਰ ਨੇ ਮੋਟਰ ਲਗਵਾਉਣੀ ਹੈ ਤਾਂ ਫਿਰ ਉਹ ਮੋਟਰ ਦੇ ਹਿਸਾਬ ਨਾਲ ਦੋ ਬੈਲਟਾਂ ਹੋ ਜਾਂਦੀਆਂ ਜੀ। ਠੀਕ ਹੈ ਜੀ। ਹਾਂਜੀ, ਜੋ ਅਸੈਸਰੀ ਮਤਲਬ ਇਹਦੀ ਮੈਂ ਉਹ ਅਲੱਗ ਹੈ। ਅਤੇ ਸਰ ਹਾਰਵੈਸਟਰ ਕੰਬਾਈਨ ਨਾਲ ਕੀ ਕੀ ਅਸੈਂਬਲੀ ਮਿਲਦੀ ਹੈ ਜੀ? ਹਾਰਵੈਸਟਰ ਕੰਬਾਈਨ ਦੇ ਨਾਲ ਸਰ ਆਪਣਾ ਸਾਰਾ ਟੂਲ ਜੋ ਮਿਲਦਾ, ਸ਼ਾਫਟਾਂ ਵਗੈਰਾ ਹੋ ਗਈਆਂ, ਥਰੈਸ਼ਰ ਦੀਆਂ, ਗਾਈਡ ਡ੍ਰਮ ਦੀਆਂ। ਹਾਂਜੀ ਦੋਸਤੋ, ਵਿਸ਼ਕਰਮਾ ਤਲੱਬਾ ਯੂਟਿਊਬ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਅਸੀਂ ਪਹੁੰਚੇ ਹੋਏ ਹਾਂ ਗਿੱਲ ਐਗਰੀਕਲਚਰ ਵਰਕਸ ਘੱਗੇ ਦੇ ਵਿੱਚ ਜੀ। ਅਤੇ ਦੋਸਤੋ ਅੱਜ ਤੁਹਾਨੂੰ ਦਿਖਾਵਾਂਗੇ ਜੀ ਅਸੀਂ ਗਿੱਲ ਵਾਲਿਆਂ ਦੀ ਬਖਸੀਸ 930 ਹਾਰਵੈਸਟਰ ਕੰਬਾਈਨ। ਅਤੇ ਦੋਸਤੋ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ, ਜਿਹਨੇ ਵੀ ਵੀਰ ਚੈਨਲ 'ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ, ਕਿਉਂਕਿ ਦੋਸਤੋ ਨਵੀਂ ਆ ਰਹੀਆਂ ਮਸ਼ੀਨਾਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਵਿਸ਼ਕਰਮਾ ਦੜਬਾ ਯੂਟਿਊਬ ਚੈਨਲ 'ਤੇ ਮਿਲਦੀ ਆ। ਅਤੇ ਦੋਸਤੋ ਇਸ ਮਸ਼ੀਨ ਬਾਰੇ ਜਾਣਕਾਰੀ ਦੇਣਗੇ ਆਪਣੇ ਨਾਲ ਨੇ ਪਰਮਿੰਦਰ ਸਿੰਘ ਜੀ, ਦੋ ਮਾਰਕੀਟਿੰਗ ਦੇ ਸੇਲਜ ਮੈਨੇਜਰ ਦੇਖਦੇ ਨੇ, ਅਤੇ ਆਪਾਂ ਉਹ ਇਸ ਬਖਸੀਸ 930 ਬਾਰੇ ਜਾਣਕਾਰੀ ਦੇਣਗੇ, ਉਹਨਾਂ ਨਾਲ ਕਰਾਉਂਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ। ਸਰ ਦਿਓਗੇ ਜਾਣਕਾਰੀ ਮਸ਼ੀਨ ਬਾਰੇ ਜੀ? ਹਾਂਜੀ ਜ਼ਰੂਰ ਸਰ। ਹਾਂਜੀ ਸਰ, ਇਹ ਆਪਣੀ ਹੈ ਲੇਟੈਸਟ ਟੌਪ ਮਾਡਲ ਬਖਸ਼ੀਸ਼ 930। ਠੀਕ ਹੈ ਸਰ। ਹਾਂਜੀ, ਇਸ ਵਾਰ ਕੀ ਖਾਸ ਹੈ ਸਰ ਇਸ ਮਸ਼ੀਨ ਵਿੱਚ ਜੀ? ਖਾਸ ਸਰ ਇਸ ਵਾਰ ਕਸਟਮਰਾਂ ਦੇ ਮਤਲਬ ਧਿਆਨ 'ਚ ਰੱਖਦੇ ਹੋਏ ਗੱਲਾਂ, ਉਹਨਾਂ ਦੀ ਸਹੂਲਤ ਵਾਸਤੇ ਅਸੀਂ ਥੋੜ੍ਹੇ ਬਹੁਤ ਚੇਂਜਸ ਕੀਤੇ ਨੇ ਮਸ਼ੀਨ ਦੇ ਵਿੱਚ। ਹਾਂਜੀ, ਤਾਂ ਉਹ ਤੁਹਾਨੂੰ ਜ਼ਰੂਰ ਦੱਸਾਂਗੇ। ਹਾਂਜੀ, ਅਤੇ ਸਭ ਤੋਂ ਪਹਿਲਾਂ ਤਾਂ ਸਰ ਅਸੀਂ ਫੀਡਰ ਤੋਂ ਹੀ ਆ ਜਾਂਦੇ ਹਾਂ ਜੀ। ਹਾਂਜੀ, ਹਾਂ ਇਹ ਆਪਾਂ ਸਰ ਮਸ਼ੀਨ ਤਿਆਰ ਕੀਤੀ ਹੈ, ਮਤਲਬ ਜੋ ਅੱਜ ਕੱਲ੍ਹ ਚੱਲ ਰਿਹਾ ਟ੍ਰੈਂਡ ਕੀ, ਮਤਲਬ ਕਟਰ ਨੂੰ ਮਤਲਬ ਕਈ ਡਿਮਾਂਡ ਹੁੰਦੀ ਹੈ ਕਸਟਮਰਾਂ ਦੀ ਕਿ ਥੱਲੇ ਤੋਂ ਹੀ ਉਠਾ ਲਏ। ਹਾਂਜੀ, ਬਿਨਾਂ ਟਰਾਲੇ ਤੋਂ, ਤੋ ਸਰ ਇਹਦੇ ਨਾਲ ਆਪਾਂ ਉਠਾ ਸਕਦੇ ਹਾਂ, ਥੱਲੇ ਹੀ ਪਾ ਸਕਦੇ ਹਾਂ ਮਤਲਬ ਖੇਤ ਦੇ ਵਿੱਚੋਂ ਹੀ। ਤਾਂ ਦੂਸਰਾ ਨੰਬਰ ਸਰ ਇਹਦੇ ਵਿੱਚ ਆਪਾਂ ਜੋ ਫਰੰਟ ਆਪਣੀ ਪਲੇਟ ਹੈ ਫੀਡਰ ਦੀ, ਇਹ ਅਸੀਂ ਵੱਡੇ ਸਾਈਜ਼ 'ਚ ਲਗਾਈ ਹੈ। ਠੀਕ ਹੈ। ਤਾਂ ਜੋ ਕੋਈ ਫੀਡਰ ਦੀ ਕੋਈ ਆਉਂਦੀ ਮਾਲ ਸਾਫ਼ ਕਰਨਾ, ਤਾਂ ਸਟਾਫ ਮਸ਼ੀਨ ਦਾ ਸਟਾਫ ਮਤਲਬ ਸੌਖੇ ਤਰੀਕੇ ਨਾਲ ਕਰ ਸਕਦਾ ਹੈ। ਠੀਕ ਹੈ ਜੀ। ਬਾਕੀ ਆ ਜਾਓ ਨਾਲ ਨਾਲ ਠੀਕ ਦੱਸਦੇ ਹਾਂ। ਬਾਕੀ ਸਰ ਦੂਜੀਆਂ ਮਸ਼ੀਨਾਂ ਨਾਲੋਂ ਆਪਣੀ ਮਸ਼ੀਨ ਦਾ ਇੱਕ ਤਾਂ ਕੈਬਨ ਸਪੇਸ ਖੁੱਲੀ ਹੈ ਜੀ। ਠੀਕ ਹੈ ਜੀ। ਹਾਂਜੀ, ਕੈਬਨ ਸਪੇਸ ਨੂੰ ਅਸੀਂ ਮਤਲਬ ਕਸਟਮਰ ਦੀ ਡਿਮਾਂਡ ਨੂੰ ਮੁੱਖ ਰੱਖਦੇ ਕੈਬਨ ਨੂੰ ਵੀ ਅਸੀਂ ਨੀਟ ਐਂਡ ਮਤਲਬ ਕਲੀਨ ਮਤਲਬ ਵੀ ਵੱਡੀ ਸਪੇਸ ਦਿੱਤੀ ਹੈ, ਵੀ ਤਾਂ ਕੋਈ ਕਸਟਮਰ ਨੂੰ ਦਿੱਕਤ ਨਾ ਆਏ। ਠੀਕ ਹੈ ਜੀ। ਤਾਂ ਬਾਕੀ ਇਹਦੇ ਵਿੱਚ ਸਰ ਸਾਡੇ ਜਿਵੇਂ ਸਭ ਤੋਂ ਪਹਿਲਾਂ ਤਾਂ ਐਡਜਸਟ ਸਟੇਅਰਿੰਗ ਆ ਗਿਆ ਜੀ। ਸਟੇਅਰਿੰਗ ਹਾਂਜੀ, ਇਹ ਸਰ ਨੀਚੇ ਤੋਂ ਹੀ ਸਾਰਾ ਮਤਲਬ ਅਗਾਂਹ ਪਿਛਾਂ ਹੋ ਜਾਂਦਾ ਜੀ। ਤਾਂ ਦੂਸਰੇ ਨੰਬਰ 'ਤੇ ਡਬਲ ਪੈਡਲ ਬ੍ਰੇਕਾਂ ਆ ਜਾਂਦੀਆਂ ਜੀ। ਠੀਕ ਹੈ ਜੀ। ਅਤੇ ਪੈਰ ਵਾਲੀ ਰੇਸ ਆ ਗਈ ਜੀ। ਹਾਂਜੀ। ਦੂਜਾ ਨੰਬਰ ਸਰ ਜੀ ਵੱਡੀ ਸਮੱਸਿਆ ਆਉਂਦੀ ਕਿ ਸਟਾਫ ਨੂੰ ਅਸੀਂ ਸੀਟ ਦੇ ਜੋ ਆਪਣੇ ਲੀਵਰ ਨੇ, ਹਾਂਜੀ, ਉਹ ਸੀਟ ਦੇ ਨਜ਼ਦੀਕ ਲਾਏ ਨੇ, ਤਾਂ ਜੋ ਮਤਲਬ ਵੀ ਚਲਾਉਣ ਸਮੇਂ ਸਟਾਫ ਨੂੰ ਕੋਈ ਦਿੱਕਤ ਨਾ ਆਏ, ਵੀ ਡਰਾਈਵਰ ਨੂੰ ਉੱਠ ਕੇ ਲੀਵਰ ਲਗਾਉਣ ਦੀ ਜ਼ਰੂਰਤ ਨਾ ਪਏ ਖੇਤ ਦੇ ਵਿੱਚ। ਠੀਕ ਹੈ ਜੀ। ਤਾਂ ਸੀਟ ਦੇ ਨਾਲ ਵੀ ਓਪਰੇਟ ਕਰ ਲਏ ਤਾਂ ਉਹ ਵਧੀਆ ਰਹਿੰਦਾ, ਬੈਸਟ ਆ ਜੀ। ਠੀਕ ਹੈ ਸਰ। ਬਾਕੀ ਸਾਰੇ ਆਪਾਂ 4 ਗੇਅਰ ਦੇ ਵਿੱਚ ਮਸ਼ੀਨ ਤਿਆਰ ਕਰਦੇ ਹਾਂ। ਠੀਕ ਹੈ ਜੀ। ਅਗਰ ਕਿਸੇ ਕਸਟਮਰ ਨੇ ਉੱਪਰ ਕੁਛ ਐਕਸਟਰਾ ਅਸੈਸਰੀ ਲੈਣੀ ਹੈ, ਜਿਵੇਂ 5 ਗੇਅਰ ਦੇ ਵਿੱਚ ਹੋ ਗਈ, ਜਾਂ ਕਿਸੇ ਨੇ ਕੋਈ SS ਸਟੀਲ ਦੇ ਵਿੱਚ ਕੋਈ ਘਸਾਈ ਵਾਲੇ ਪਾਰਟ ਲੈਣੇ ਨੇ, ਤਾਂ ਉਹ ਆਪਾਂ ਆਪਸ਼ਨਲ ਡਿਮਾਂਡ 'ਤੇ ਪੂਰੀ ਕਰ ਦਿੰਦੇ ਹਾਂ। ਠੀਕ ਹੈ ਸਰ। ਹਾਂਜੀ। ਤਾਂ ਦੂਜਾ ਨੰਬਰ ਸਰ ਸਾਡਾ ਫਰੰਟ ਹਿੱਸਾ ਮਸ਼ੀਨ ਦਾ ਹੀ ਪੂਰਾ ਹੈਵੀ 'ਚ ਹੈ, ਇਹ ਸਾਰਾ ਪਲੇਟ ਕਟਿੰਗ 'ਚ ਆ ਗਿਆ ਸਰ। ਠੀਕ ਹੈ ਜੀ। ਹਾਂਜੀ, ਇਹਦੇ ਵਿੱਚ ਕੋਈ ਐਂਗਲ ਵਗੈਰਾ ਮਤਲਬ ਸਾਹਮਣੇ ਤੋਂ ਨਹੀਂ ਤੁਹਾਨੂੰ ਦਿਖੇਗਾ, ਪੂਰਾ ਪ੍ਰੋਪਰ ਪਲੇਟ ਕਟਿੰਗ ਦੇ ਵਿੱਚ ਹਿੱਸਾ ਹੈ। ਠੀਕ ਹੈ ਜੀ। ਹਾਂਜੀ, ਪੈਰਾਂ ਦੀ ਚੁਆਇਸ ਮਤਲਬ ਕਸਟਮਰ ਦੇ ਹਿਸਾਬ ਨਾਲ ਹੈ। ਠੀਕ ਹੈ ਜੀ। ਹਾਂ, ਕਸਟਮਰ ਨੇ ਗੁਡੀਅਰ ਦੇ ਲੈਣੇ ਨੇ, MRF ਦੇ ਲੈਣੇ ਨੇ, ਜਾਂ BKT ਦੇ, ਉਹ ਕਸਟਮਰ ਜਿਹੜੇ ਮਰਜ਼ੀ ਲੈ ਸਕਦਾ। ਠੀਕ ਹੈ ਸਰ। ਬਾਕੀ ਸਰ ਇਹਦੇ ਵਿੱਚ ਜੋ ਅੱਜ ਕੱਲ੍ਹ ਮਤਲਬ ਚੱਲ ਰਿਹਾ ਹੋਲਡਿੰਗ ਕੁਲੀਆਂ ਨੇ ਸਰ ਇਹਦੇ ਵਿੱਚ। ਠੀਕ ਹੈ ਜੀ। ਅਤੇ ਕਲੱਚ ਦਾ ਕੋਈ ਕੰਮ ਕਰਨਾ ਤਾਂ ਆਪਾਂ ਨੂੰ ਟਾਇਰ ਖੋਲ੍ਹ ਕੇ ਰੱਖਣ ਦੀ ਜ਼ਰੂਰਤ ਨਹੀਂ, ਮਤਲਬ ਟਾਇਰ ਲੱਗੇ ਤਾਂ ਹੀ ਆਪਾਂ ਕੰਮ ਕਰ ਸਕਦੇ ਹਾਂ ਕਲੱਚ ਦਾ। ਠੀਕ ਹੈ ਜੀ। ਹਾਂਜੀ, ਉਹ ਬਲੋਰ ਵਗੈਰਾ ਆਪਾਂ ਕੱਢਣਾ ਤਾਂ ਇਹ ਸਾਡੀ ਮਸ਼ੀਨ ਦਾ ਬਲੋਰ ਮਤਲਬ ਥੱਲੇ ਤੋਂ ਹੀ ਓਪਨ ਖੁੱਲ੍ਹ ਜਾਂਦਾ ਜੀ। ਠੀਕ ਹੈ ਸਰ। ਹਾਂਜੀ, ਗਰਾਊਂਡ 'ਤੇ ਥੱਲੇ ਪਲੇਟ ਲੱਗੀ ਹੈ, ਆਪਾਂ ਈਜ਼ਲੀ ਮਤਲਬ ਖੋਲ੍ਹ ਸਕਦੇ ਹਾਂ ਇਹਨੂੰ। ਠੀਕ ਹੈ ਸਰ। ਹਾਂਜੀ, ਔਰ ਇਹਦਾ ਬੈੱਡ ਵੀ ਕਾਫੀ ਉੱਚਾ ਲੱਗ ਰਿਹਾ ਮੈਨੂੰ ਜ਼ਮੀਨ ਤੋਂ। ਹਾਂਜੀ ਹਾਂ, ਇਹਦੇ ਸਾਰੇ ਮਤਲਬ ਅੱਜ ਕੱਲ੍ਹ
कस्टमर की मतलब सहूलत वास्ते असी मतलब ग्राउंड क्लीयरेंस बहुत रखे है उपर रखे क्योंकि ता जो थले कोई वटा तो कोई समस्या ना आए। ठीक है जी। मशीन के उच्चे नीवे थान से ठीक है सर। करेंकां वगैरह साफ करने वास्ते दोनों साइडां ते आपां ईजली कर सकते हैं। ठीक है। दोनों साइडां ते ढक्कन लगाए ने आपां माल साफ कर सकते हैं। ठीक है जी। बाकी इहदे विच सर साडे सारे जैक जिहड़े ने हैवी ड्यूटी जैक ने मशीन दे विच स्टाफ वर्कर दोनों अलग अलग चलते ने अपने सॉरी एलीवेटर। ठीक है जी। तां कोई चलते सीजन दे विच कोई समस्या आए तो आपां इन्हां नूं इकट्ठे भी चला सकते हैं। ठीक है। हाँ जी इतों पुली कनैक्ट करके इन्हों कट्ठे चला सकते हैं अपना वैसे ये अलग अलग चलते हैं सारिया चलते। ठीक है जी। तो ये असी ऑप्शन रखी हुई है। ठीक है सर। कोई दिक्कत ना आए। ठीक है जी। ऑक्साइड दियाँ बैटरिया लगा के देने कस्टमर नूं। ठीक है जी। हाँ जी। बाकी सर ये अपना इंजन इंजन के कोल स्पेस बहुत है। ठीक है सर। अगर मान लो कस्टमर ने कोई काम करना है कोई तो कोई दिक्कत वाली गल नहीं दोनों साइडों तो जिवें मर्जी अपना बह के काम कर सकता है। ठीक है जी। हाइड्रोलिक दे भी दोनों पंपा ने मतलब लहदा लहदा फिल्टर लगाए ने। ठीक है जी। कितने हाइड्रोलिक पंप लगे हुए हैं जी? दो लगे हुए हैं। आम दो ही होंगे ने जी। ठीक है जी। तो मतलब उन्होंने हाइड्रोलिक टैंकियां भी वखो वखरिया ने। ठीक है। जो एक का कई बार कोई जो कोई प्रॉब्लम आ जाए तो दूजा तेल वेस्ट ना जाए अपना। ठीक है सर। हाँ जी। तो बाकी सर अपनी पूरी मतलब हैवी बॉडी के पूरी मशीन है। हाँ जी। ते हिस्से वजह कर दोगे जी? हिस्सा सर साडा फुल हैवी मतलब असी तैयार करते हैं हिस्सा मतलब अपना अगे पिछे आ गया जो अजक चल रहा है। ठीक है जी। हाँ जी। हाँ क्योंकि एक टायर पहला निकल जाता एक दूसरा बाद सर एवं कोई आप रात जाते हैं ज फील्ड कम करते मतलब भी कोई पिछे तो मशीन उछलती नहीं कहने का मतलब ये आ गया भी सौखे तरीके ईजली कोई भी वट वगैरह क्रॉस कर लेंदी है। ठीक है सर। तो और हिस्से दे विच सर असी आ जो अपनी मोरनिया ने ये असी हैवी दे रहे हैं जी। ठीक है जी। क्योंकि कस्टमर नूं आपां आम ईजली दूजिया मशीनों देखते हैं तो ब्रेकिंग की इन्हों की बहुत समस्या आती है तो असी उस चीज़ को ध्यान च रखते भी कस्टमर नूं कोई दिक्कत ना आए तो आपां मोरनिया हैवी लाइया ने जी। ठीक है सर। हाँ जी। टाई रॉड भी असी उपर ही लगाया होया है जी मतलब यदि भी कोई किसी वट च या खेत फील्ड च अड़न की कोई समस्या ना आए। ठीक है सर। हाँ जी। और किन्ने स्टाफ वर्कर से सर यही मशीन है ये सर अपनी पांच स्टाफ वर्कर है जी। ठीक है जी। हाँ जी। तो ये पिछे जी किस्ती लगी हुई है वो जानकारी दोगे किन्ने इंच है सर अपनी इधर विच सर अपनी 5 इंच दी सीपा आ गई जी। ठीक है जी। हाँ जी। अगली तो पिछली सर की होगा जी 86 इंच का सर ये बैड है जी। ठीक है जी। 56 इंच दी सीपा ने जी अपन ये अगलिया। ठीक है जी। पिछे तो भी असं पटे की थान से सारे प्लेट दे रहे हैं इन्हों ईजली दो न चूड़िया नट ढिले करके अपने थले कर सकते हैं। ठीक है सर। हाँ जी। हाँ कोई सैटिंग वगैरह सीपा नहीं करनी है तो ईजली कर सकते हैं। ठीक है जी। हाँ जी। इधर बाकी सर अपना स्टाफ वर्कर तो यह अपने शुरू तो ही मतलब एडजस्टेबल आ रहे हैं। ठीक है जी। आप उपर नीचे करने ने तो अपने हिसाब न कर सकते हैं तो स्टाफ वर्कर पिछे कर सकते हैं सर। हाँ जी। हाँ ये आप दोनों साइडों तो उपर नीचे कर सकते हैं जिते भी आप जिनी कोई हाइट चाहिए आप। ठीक है जी। हाँ जी। तो डीजल टैंक सर अपना 400 लीटर का आ गया जी। ठीक है जी। हाँ जी। ये बड़ी सहूलत है कस्टमर न। हाँ जी। आम साढ़े 360 लीटर जहाँ इन्ने क हों 400 लीटर ना बहुत सहूलत मिल जाती है। ठीक है सर। हाँ जी। एलीवेटर सर अपने फोल्डिंग आ गए जी। ठीक है जी। हाँ जी। कभी कोई समस्या आती है तो आप इन साइड तो खोल के ईजली साफ कर सकते हैं। ठीक है सर। हाँ जी। हाँ तो सर जी एलीवेटर सलाह सीट की यूज वरतते हैं ये कि सीट का प्रयोग किया जाता थे जी कि सर फुल मतलब हैवी सीट है। ठीक है। सारी मशीन के अड अड जिमें पार्ट है ना उस हिसाब न असी चादर का यूज़ करते हैं। ठीक है जी। जिमें आप मशीन की मान लो 86 लगा लो आप 12 गेज का यूज़ कर देंगे। ठीक है जी। हाँ जी। कैबन से आप 14 गेज लगाते हैं उमें वक् वक् पार्टों के असी अड अड सीटा यूज़ करते हैं तो असी सीट पूरी फुल हैवी सीट ही लगाने जी। ठीक है। हाँ जी। हाँ तो और फोल्डिंग जिन्या भी पुलिया ने सर सब फोल्डिंग पुलिया दे रहे हैं। ठीक है जी। इन्हों ईजली आप दो नट ढिले करके तो पुलिया ईजली निकल जाए। हाँ जी। कोई दिक्कत नहीं आती किसी
ਤੇ ਡਾਇਮੰਡ ਦੀਆਂ ਚੇਨਾਂ ਦੇ ਰਹੇ ਹਾਂ ਸਰ ਜਿਹੜੀ ਚੇਨਾਂ ਡਾਇਮੰਡ ਪਈ ਅੱਗੇ ਪਈਆਂ ਨੇ ਸਾਡੀ ਸਭ ਵਿੱਚ ਸਾਰੀਆਂ ਚੇਨਾਂ ਜੋ ਮਸ਼ੀਨ 'ਚ ਨੇ ਅਸੀਂ ਡਾਇਮੰਡ ਦੀਆਂ ਚੇਨਾਂ ਦੇ ਰਹੇ ਹਾਂ ਜੀ ਡਾਇਮੰਡ ਦੀਆਂ ਚੇਨਾਂ ਟੌਪ ਦੀ ਕੁਆਲਿਟੀ ਚੱਲ ਰਹੀ ਹੈ ਠੀਕ ਹੈ ਸਰ ਤੇ ਜਿੰਪੈਕਸ ਦੀਆਂ ਬੈਲਟਾਂ ਨੇ ਸਾਡੀਆਂ ਠੀਕ ਹੈ ਜੀ ਵਧੀਆ 'ਚ ਜੀ ਅਤੇ ਸਰ ਇਹਦੇ ਨੀਚੇ ਇੱਕ ਵਾਰ ਫਿਰ ਜਾਣਕਾਰੀ ਦਿਓਗੇ ਕਿਸਾਨ ਵੀਰਾਂ ਨੂੰ ਜਿਹੜੇ ਬ੍ਰੇਕਾਂ ਬਾਰੇ ਜਿਹੜੇ ਇਹਨਾਂ ਬਾਰੇ ਜਾਣਕਾਰੀ ਦਿਓ ਜੀ ਬ੍ਰੇਕਾਂ ਬਾਰੇ ਸਰ ਆਪਣੀਆਂ ਉਹੀ ਬ੍ਰੇਕਾਂ ਸੀ ਇਹਦੇ ਵਿੱਚ ਤਾਂ ਡਰਮ ਬ੍ਰੇਕ ਲਗਾ ਰਹੇ ਹਾਂ ਠੀਕ ਹੈ ਜੀ ਜੇ ਕਿਸੇ ਕਸਟਮਰ ਨੇ ਡਿਸਕ ਬ੍ਰੇਕਾਂ ਲੈਣੀਆਂ ਹਾਂਜੀ ਤਾਂ ਅਸੀਂ ਉਹਦੀ ਕਸਟਮਰ ਚੁਆਇਸ 'ਤੇ ਡਿਸਕ ਬ੍ਰੇਕਾਂ ਪ੍ਰੋਵਾਈਡ ਕਰਵਾ ਦਿੰਦੇ ਹਾਂ ਠੀਕ ਹੈ ਸਰ ਅਤੇ ਸਰ ਮੈਂ ਕਟਰ ਦੇਖ ਰਿਹਾ ਇਹਦੇ ਵਿੱਚ ਜਾਣਕਾਰੀ ਦਿਓ ਕਟਰ ਬਾਰੇ ਜੀ ਹਾਂਜੀ ਹਾਂ ਕਟਰ ਸਰ ਆਪਾਂ ਕਟਰ ਇੱਕ ਕਾਫੀ ਵੱਡਾ ਕਟਰ ਹੈ ਜੀ ਮੈਂ ਪਹਿਲਾਂ ਨਹੀਂ ਦੇਖਿਆ ਕਦੇ ਇੱਦਾਂ ਦਾ ਕਟਰ ਨਾ ਜੀ ਇਹ ਸਰ ਆਪਣਾ ਸਪੈਸ਼ਲ ਕਟਰ ਆ ਗਿਆ ਜੀ ਇਹ ਠੀਕ ਹੈ ਜੀ ਇੱਕ ਆਪਾਂ ਤਿਆਰ ਕਰਦੇ ਹਾਂ ਜੋ ਆਪਣਾ ਨੋਰਮਲ ਕਟਰ ਹੁੰਦਾ ਤਾਂ ਇਹ ਅਸੀਂ ਸਪੈਸ਼ਲ ਕਟਰ ਤਿਆਰ ਕਰ ਰਹੇ ਹਾਂ ਇਹ ਮਤਲਬ ਅਸੀਂ ਬਹੁਤ ਕਾਫੀ ਟਾਈਮ ਤੋਂ ਕਰ ਰਹੇ ਹਾਂ ਤਿਆਰ ਇੱਕ ਮਤਲਬ ਅਸੀਂ ਉਹ ਤਿਆਰ ਕਰ ਰਹੇ ਹਾਂ ਹੋਰ ਮਤਲਬ ਤੁਹਾਨੂੰ ਕਿਤੇ ਦੇਖਣ ਨੂੰ ਨਹੀਂ ਮਿਲੇਗਾ ਹਾਂਜੀ ਹਾਂਜੀ ਇਹ ਆਪਣਾ 2-in-1 ਕਟਰ ਹੈ ਸਰ ਠੀਕ ਹੈ ਸਰ ਹਾਂਜੀ ਇਹਦੇ ਨਾਲ ਕਣਕ ਜੀਰੀ ਦੇ ਨਾਲ ਨਾਲ ਆਪਾਂ ਸਰੋਂ ਮੱਕੀ ਬਾਜਰਾ ਵਗੈਰਾ ਦੀ ਵੀ ਫਸਲਾਂ ਦੀ ਕਟਾਈ ਕਰ ਸਕਦੇ ਹਾਂ ਕਰੋਪ ਠੀਕ ਹੈ ਸਰ ਹਾਂਜੀ ਇਹ ਸਰ ਆਪਣਾ ਫੋਲਡਿੰਗ ਕਟਰ ਹੈ ਠੀਕ ਹੈ ਜੀ ਇਹ ਦੋਨਾਂ ਸਾਈਡਾਂ ਤੋਂ ਫੋਲਡ ਹੋ ਜਾਂਦਾ ਜੀ ਠੀਕ ਹੈ ਜੀ ਆ ਤੁਹਾਨੂੰ ਦਿਖਾ ਦਿੰਦੇ ਹਾਂ ਆ ਜਾਓ ਇਹ ਸਰ ਆਪਣੇ ਠੀਕ ਹੈ ਜੀ ਹੁਣ ਇਹ ਮਤਲਬ ਇਹਦਾ ਸਾਈਜ਼ ਅਸੀਂ ਇਹਨੂੰ ਫੋਲਡਿੰਗ ਕਟਰ ਇਹਨੂੰ ਸਾਈਜ਼ ਵਧਾਇਆ ਹੋਇਆ ਹੈ ਠੀਕ ਹੈ ਜੀ ਵੱਡੀ ਰੇਲ ਲਗਾਈ ਹੈ ਇੱਥੇ ਤਾਂ ਅਗਰ ਆਪਾਂ ਇਹਨੂੰ ਚਲਾਉਣਾ ਹੈ ਜੀਰੀ ਦੇ ਵਿੱਚ ਕਣਕ ਦੇ ਵਿੱਚ ਜਾਂ ਹੋਰ ਫਸਲਾਂ ਹਾਂਜੀ ਤਾਂ ਆਪਾਂ ਇਹਨੂੰ ਜੇ ਇੱਥੋਂ 4 ਨਾਟ ਖੋਲ੍ਹ ਕੇ ਦੋਨਾਂ ਸਾਈਡਾਂ ਤੋਂ ਠੀਕ ਹੈ ਜੀ ਤਾਂ ਈਜ਼ਲੀ ਇਹਨੂੰ ਪਿੱਛੇ ਕਰਕੇ ਇੱਥੇ ਆ ਜਾਣਗੇ ਜੀ ਇਹ ਪਲੇਟ ਉੱਪਰ ਡਬਲ ਆ ਜਾਏਗੀ ਜੀ ਠੀਕ ਹੈ ਜੀ ਇਹ ਕਟਰ ਇਕੱਠਾ ਹੋ ਜਾਏਗਾ ਠੀਕ ਹੈ ਜੀ ਅਤੇ ਰੀਲ ਛੋਟੀ ਲੱਗ ਜਾਏਗੀ ਆਪਾਂ ਇਹਨੂੰ ਕਣਕ ਜੀਰੀ ਦੇ ਵਿੱਚ ਚਲਾ ਸਕਦੇ ਹਾਂ ਜੇਕਰ ਆਪਾਂ ਇਹਦੇ ਨਾਲ ਕੋਈ ਸਰੋਂ ਮੱਕੀ ਬਾਜਰਾ ਦੀ ਕਟਾਈ ਕਰਨੀ ਹੈ ਤਾਂ ਆਪਾਂ ਜੇ ਇੱਥੋਂ ਈਜ਼ਲੀ ਖੋਲ੍ਹ ਕੇ ਤਾਂ ਇਹਨੂੰ ਇਹਦੀ ਹਾਈਟ ਵਧਾ ਸਕਦੇ ਹਾਂ ਟ੍ਰੇ ਇਹਦੀ ਕਟਰ ਦੀ ਅੱਗੇ ਆ ਜਾਏਗੀ ਤਾਂ ਰੀਲ ਆਪਾਂ ਦੂਜੀ ਲਗਾ ਸਕਦੇ ਹਾਂ ਇਹਦੇ ਨਾਲ ਸਰ 2 ਰੀਲਾਂ ਮਿਲਦੀਆਂ ਜੀ ਅਤੇ 2 ਹੈਵਲ ਸ਼ਾਫਟਾਂ ਦਿੰਦੇ ਹਾਂ ਅਸੀਂ ਚਿਮਟਾ ਸ਼ਾਫਟ ਜਿੰਨਾ ਆਪਾਂ ਬੋਲਦੇ ਹਾਂ ਠੀਕ ਹੈ ਜੀ ਅਤੇ ਜੇ ਕੋਈ ਕਸਟਮਰ ਨੇ ਮੋਟਰ ਲਗਵਾਉਣੀ ਹੈ ਤਾਂ ਫਿਰ ਉਹ ਮੋਟਰ ਦੇ ਹਿਸਾਬ ਨਾਲ 2 ਬੈਲਟਾਂ ਹੋ ਜਾਂਦੀਆਂ ਜੀ ਠੀਕ ਹੈ ਜੀ ਹਾਂਜੀ ਜੋ ਅਸੈਸਰੀ ਮਤਲਬ ਇਹਦੀ ਹੈ ਉਹ ਅਲੱਗ ਹੈ ਅਤੇ ਸਰ ਹਾਰਵੈਸਟਰ ਕੰਬਾਈਨ ਨਾਲ ਕੀ ਅਸੈਂਬਲੀ ਮਿਲਦੀ ਹੈ ਜੀ ਹਾਰਵੈਸਟਰ ਕੰਬਾਈਨ ਦੇ ਨਾਲ ਸਰ ਆਪਣਾ ਸਾਰਾ ਟੂਲ ਜੋ ਮਿਲਦਾ ਹੈ ਸ਼ਾਫਟਾਂ ਵਗੈਰਾ ਹੋ ਗਈਆਂ ਥਰੈਸ਼ਰ ਦੀਆਂ ਗਾਈਡਰਮ ਦੀਆਂ ਆਪਣੀਆਂ ਜੋ ਵੀ ਨੇ ਮਤਲਬ ਚਾਰ ਸ਼ਾਫਟਾਂ ਹੁੰਦੀਆਂ ਨੇ ਆਪਣੀਆਂ ਠੀਕ ਹੈ ਜੀ ਬਾਕੀ ਸਾਰਾ ਟੂਲ ਹੋ ਗਿਆ ਜੀ ਠੀਕ ਹੈ ਜੀ ਅਤੇ ਬਾਕੀ ਜੋ ਹੋਰ ਸਮਾਨ ਹੈ ਮਤਲਬ ਆਪਣਾ ਜੈਕ ਵਗੈਰਾ ਜਾਂ ਕੁਛ ਉਹ ਸਾਰਾ ਮਿਲਦਾ ਜੀ ਆਪਣਾ ਸਰ ਜੇ ਕਿਸਾਨ ਵੀਰ ਨੇ ਆਪਣੀ ਬਖਸ਼ੀਸ਼ 930 ਹਾਰਵੈਸਟਰ ਕੰਬਾਈਨ ਲੈਣੀ ਹੋਵੇ ਤਾਂ ਕਿਸ ਤਰ੍ਹਾਂ ਲੈ ਸਕਦਾ ਜੀ ਤਾਂ ਸਰ ਬਖਸ਼ੀਸ਼ ਬਹੁਤ ਵਿੱਚ ਈਜ਼ਲੀ ਹੈ ਤਾਂ ਤੁਸੀਂ ਆਓ ਸਾਡੇ ਹੈੱਡ ਆਫਿਸ ਇੱਥੇ ਜਾਂ ਸਾਡੇ ਨਾਲ ਕੰਟੈਕਟ ਨੰਬਰ ਸਾਡਾ ਤੁਸੀਂ ਲੈ ਸਕਦੇ ਹੋ ਅੱਜ ਕੱਲ੍ਹ ਇੰਟਰਨੈਟ 'ਤੇ ਹੁੰਦਾ ਹੀ ਹੈ ਸਾਰਿਆਂ ਦਾ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤਾਂ ਆਲ ਇੰਡੀਆ ਜਿੱਥੇ ਵੀ ਕੋਈ ਕਨੈਕਟ ਕਰਦਾ ਤਾਂ ਅਸੀਂ ਹੋਮ ਡਿਲੀਵਰੀ ਵੀ ਦੇ ਦਿੰਦੇ ਹਾਂ ਠੀਕ ਹੈ ਜੀ ਅਤੇ ਸਾਡੇ ਨਾਲ ਤੁਸੀਂ ਕਨੈਕਟ ਕਰ ਸਕਦੇ ਹੋ ਸਾਡਾ ਮੇਨ ਆਫਿਸ ਮਤਲਬ ਆਪਣਾ ਜੋ ਘੱਗਾ ਡਿਸਟ੍ਰਿਕਟ ਪਟਿਆਲਾ ਦੇ ਵਿੱਚ ਆਏ ਆ ਠੀਕ ਹੈ ਸਰ ਹਾਂਜੀ ਅਤੇ ਸਰ ਪ੍ਰਾਈਜ਼ ਦੀ ਗੱਲ ਕਰੀ ਤਾਂ ਹਾਰਵੈਸਟਰ ਕੰਬਾਈਨ ਦਾ ਕੀ ਪ੍ਰਾਈਜ਼ ਰਹਿਣ ਵਾਲਾ ਜੀ 2022 ਪ੍ਰਾਈਜ਼ ਸਰ ਆਪਣਾ 22,25,000 ਜੋ ਆਪਣਾ ਪ੍ਰਾਈਜ਼ ਹੈ ਨੋਰਮਲ ਕਟਰ ਦੇ ਵਿੱਚ ਠੀਕ ਹੈ ਸਰ ਅਗਰ ਕਿਸੇ ਕਸਟਮਰ ਨੇ ਆਪਣਾ ਜੇ ਕਟਰ ਲੈਣਾ ਹੈ ਸਪੈਸ਼ਲ ਕਟਰ ਜੋ ਸਾਡਾ ਹੈ ਠੀਕ ਹੈ ਜੀ ਤਾਂ ਇਹਦੇ ਨਾਲ ਇਹਦਾ 1,40,000 ਦਾ ਅਲੱਗ ਤਾਂ ਲੱਗਦਾ ਜੀ ਠੀਕ ਹੈ ਜੀ ਮਸ਼ੀਨ ਤੋਂ ਠੀਕ ਹੈ ਸਰ ਹਾਂਜੀ ਅਤੇ ਇਹਦੇ ਨਾਲ ਸਰ ਨਵੀਆਂ ਮਸ਼ੀਨਾਂ ਨਾਲ ਸਾਡਾ ਜ਼ਿਆਦਾਤਰ ਇਹੀ ਕਟਰ ਜਾ ਰਿਹਾ ਜੀ ਠੀਕ ਹੈ ਜੀ ਹਾਂਜੀ ਅਤੇ ਸਰ ਕਿਸਾਨ ਵੀਰਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਜੀ ਕਿਸਾਨ ਵੀਰਾਂ ਨੂੰ ਮੈਸੇਜ ਦੇਣਾ ਚਾਹਾਂਗੇ ਜੀ ਵੀ ਆਓ ਵਿਜ਼ਿਟ ਕਰੋ ਤੁਸੀਂ ਸਾਡੇ ਸਾਡੇ ਨਾਲ ਕੰਟੈਕਟ ਕਰੋ ਅਤੇ ਕੁਆਲਿਟੀ ਦੇਖੋ ਤਾਂ ਅਸੀਂ ਮਤਲਬ ਪੂਰੀ ਵਧੀਆ ਹੈਵੀ ਕੁਆਲਿਟੀ 'ਚ ਤਿਆਰ ਕਰ ਰਹੇ ਹਾਂ ਜੀ ਮਸ਼ੀਨ ਅਤੇ ਸਾਡੇ ਨਾਲ ਕੰਟੈਕਟ ਕਰੋ ਠੀਕ ਹੈ ਹਾਂਜੀ ਹਾਂ ਲਓ ਜੀ ਦੋਸਤੋ ਇਹ ਸਨ ਕੰਪਨੀ ਦੇ ਸੇਲਜ ਮੈਨੇਜਰ ਜਿਨ੍ਹਾਂ ਨੇ ਆਪਾਂ ਨੂੰ ਬਖਸ਼ੀਸ਼ 930 ਹਾਰਵੈਸਟਰ ਕੰਬਾਈਨ ਜਾਣਕਾਰੀ ਦਿੱਤੀ ਦੋਸਤੋ ਜੇ ਤੁਸੀਂ ਵੀ ਬਖਸ਼ੀਸ਼ ਵਾਲਿਆਂ ਦੀ 930 ਹਾਰਵੈਸਟਰ ਕੰਬਾਈਨ ਲੈਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਕੰਟੈਕਟ ਨੰਬਰ ਨੇ ਜਿਹੜੇ ਤੁਹਾਨੂੰ ਵੀਡੀਓ ਦੇ ਨੀਚੇ ਮਿਲ ਜਾਣਗੇ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਬਖਸ਼ੀਸ਼ 930 ਹਾਰਵੈਸਟਰ ਕੰਬਾਈਨ ਦੀ ਬੁਕਿੰਗ ਜਿਹੜੀ ਕਰਵਾ ਸਕਦੇ ਹੋ ਅਤੇ ਉਸ ਤੋਂ ਆਪਣੇ ਨਾਲ ਕਿਸਾਨ ਵੀਰ ਨੇ ਜਿਨ੍ਹਾਂ ਨੇ ਬਖਸ਼ੀਸ਼ 930 ਹਾਰਵੈਸਟਰ ਕੰਬਾਈਨ ਲਈ ਹੋਈ ਹੈ ਉਹਨਾਂ ਗੱਲ ਕਰਾਉਣੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਅਵਤਾਰ ਸਿੰਘ ਜੀ ਕਿਹੜਾ ਪਿੰਡ ਹੈ ਸਰ ਸੁੱਧ ਸਿੰਘ ਵਾਲਾ ਜੀ ਸਰ ਦਿਓਗੇ ਬਖਸ਼ੀਸ਼ 930 ਹਾਰਵੈਸਟਰ ਕੰਬਾਈਨ ਬਾਰੇ ਜਾਣਕਾਰੀ ਜੀ ਹਾਂਜੀ ਇਹ ਤੁਹਾਡੀ ਅੱਜ ਕਮੈਨ ਲਈ ਆ ਤੁਹਾਨੂੰ ਪਹਿਲਾਂ ਤਾਂ ਵਧਾਈਆਂ ਤੁਹਾਨੂੰ ਜੀ ਹਾਂਜੀ ਤੁਹਾਨੂੰ ਵਧਾਈ ਹੋਵੇ ਤੇ ਸਰ ਇਹ ਤੁਹਾਡੀ ਪਹਿਲੀ ਆਵਸ਼ਕ ਕਮੈਨ ਹੈ ਜਾਂ ਪਹਿਲਾਂ ਵੀ ਲਈ ਹੋਈ ਹੈ ਜੀ ਨਹੀਂ ਜੀ 4-5 ਮਸ਼ੀਨਾਂ ਇਹ ਚਲਾ ਚੁੱਕੇ ਆ ਅੱਛਾ ਜੀ ਤੇ ਮਸ਼ੀਨਾਂ ਬਹੁਤ ਵਧੀਆ ਚੱਲਦੀਆਂ ਨੇ ਠੀਕ ਹੈ ਜੀ ਕੋਈ ਬ੍ਰੇਕ ਡਾਊਨ ਨਹੀਂ ਆਉਂਦੀ ਅਗਰ ਕੋਈ ਥੋੜੀ ਬਹੁਤੀ ਬ੍ਰੇਕ ਡਾਊਨ ਆਵੇ ਵੀ ਅਸੀਂ ਕੰਪਨੀ 'ਚ ਫੋਨ ਕਰਦੇ ਆ ਇਹਨਾਂ ਦੇ ਬੰਦੇ ਚਲੇ ਜਾਂਦੇ ਆ ਠੀਕ ਹੈ ਜੀ
थोड़ा बहुत जो भी फॉल्ट होंगे कट के आते पहली गल 101% तो फॉल्ट आता ही नहीं गा। ठीक है जी। हाँ तो बाकी जी मशीन बहुत साफ चलती है। ठीक है जी। आ मशीन थ्रैशर चोक हो गया इन्हों के थ्रैशर का तो गैडराम का बहुत घट गैप आ। ठीक है। मतलब थ्रैशर ने गैडराम माल देना तो वो चोक नहीं होंगी जिम्मे मर्जी चलाई वो चोक नहीं होंगी। हाँ फिर क्लच नहीं देना पैंता खड़े डिगे के लो कर लो बिल्कुल तुरी जाएगी। ठीक है सर। हाँ जी। तो सर किसान भीरों की मैसेज देना चाहोगे तुम जी? किसान भीरों अही तो यही कहने बखशीस कंबाइन बहुत वधिया। ठीक है सर। तो बहुत वधिया चल रही है खरीदो यही। ठीक है सर। तो दोस्तों अपने नाल किसान भीर एक होर ने उन्हें गल करवाने असीकाल सर। सत श्रीकाल सर। की नाम है जी? जगसीर सिंह सर। कहड़ा पिंड है जी? फादीपुर मोमी है जी। सर दोगे जानकारी बखशीस 900 हाँ जी सर मैं पहला 2010 तो लैके 16 तक चला चुका कदे कोई फॉल्ट नहीं कभी कुछ नहीं बहुत वधिया साफ मशीन चलती है कदे कोई दिक्कत ही नहीं हुई। तो होर कंपनी के मुकाबले कि लगती है जी बखशीस? नहीं बहुत वधिया सर लोहा भी बहुत वधिया चलती भी साफ आ किसी गल की कोई कदे कमी आई 6-7 साल मैं खुद चला चुका है। ठीक है जी। तो मेरे ओनर एक तो उन्हें 4-5 मशीन यही खरीदिया। ठीक है जी। कोई कदे दिक्कत नहीं आई किसी गल की। तो सर जी किसान भीर ने बखशीस कमाइन लैनी होवे तां कित्थों लै सकदा जी? वो आके सीधे अपने एजेंसी चाण च अपने डीलर बैठे हुए आ जगह जगह कित भी। ठीक है। उन्हें जाके सीधा संपर्क कर सकते हैं। ठीक है सर। तो किसान भीरों को मैसेज देना चाहोगे जी? किसान भीरों तो यही आप कहने भी बहुत वधिया कंपेन आ यही लै सकते कोई दिक्कत नहीं किसी गल की होनी असी खुद सानू ज्यादा नहीं तो 17-18 साल साल हो गया फोर मैनिया करते कद कोई दिक्कत नहीं आई सर। ठीक है सर। लो जी दोस्तों ये सन किसान भीर जिन्होंने बखशीस 930 हार्वेस्टर कंबाइन ली है। तो दोस्तों जो तुम भी बखशीस वाले 930 हार्वेस्टर कंबाइन लेना चाहते हो तो इन्होंने कॉन्टैक्ट नंबर ने जो तो वो वीडियो के नीचे मिल जाएंगे तुम इन्होंने संपर्क करके बखशीस 930 हार्वेस्टर कंबाइन की बुकिंग जी करवा सकते हो। तो किसान भीरों वीडियो किमें लगी जरूर दस्यो तो नवी आ रही मशीन जानकारी विश्वकर्मा दलब्बा यूट्यूब चैनल में जरूर सबसक्राइब करना जी। धन्यवाद जी।